ਰੱਬ ਨੂੰ ਆਪਣੇ ਵਰਗਾ ਵੀ ਨਾ ਸਮਝਿਆ, ਜੇ ਆਪਣੇ ਵਰਗਾ ਸਮਝ ਲੈਂਦਾ ਤਾਂ ਕਮ ਸੇ ਕਮ ਇੱਕ ਪਰੌਠਾ ਇੱਕ ਰੋਟੀ ਉਹਦੇ ਨਾਂ ਤੇ ਦੇ ਦਿੰਦਾ, ਇੱਕ ਆਪ ਖਾ ਲੈਂਦਾ। ਹੁਕਮ ਲਿਆ ਜਦ ਰੱਬ ਨੂੰ ਆਪਣੇ ਨਾਲੋਂ ਹੇਠਾਂ ਹੀ ਸਮਝਿਆ ਨਾ। ਇਹਨੀ ਗੱਲ ਸੁਣ ਕਹਿ ਕੇ ਪੀਰ ਜੀ ਉੱਥੋਂ ਗਾਇਬ ਹੋ ਗਏ, ਰੂਹ ਪੋਸ਼ ਹੋ ਗਏ। ਉਸ ਮੁਰੀ ਦੇ ਦਿਲ ਨੂੰ ਬੜੀ ਬੇਚੈਨੀ ਲੱਗੀ ਤੇ ਤੂੰ ਤਾਂ ਬਹੁਤ ਬੇਅਦਬੀ ਕਰ ਬੈਠਿਆ, ਤੇਰੇ ਪੀਰ ਦੇ ਤੋਂ ਨਾਰਾਜ਼ ਹੋ ਗਏ, ਉਹ ਲੋਕ ਤਾਂ ਤੈਨੂੰ ਐਵੇਂ ਚੁੱਪਣ ਵਾਲੇ ਸੀ। ਮਸਲਾ ਹੱਲ ਹੋ ਗਿਆ। ਉੱਥੇ ਸੋਚ ਲੱਗੇ ਬੰਦੇ ਆ, ਚੱਲ ਪੀਰ ਦੀ ਦਾਸ ਨੂੰ ਮਨਾ ਜਿੱਦਾਂ ਵੀ ਮੰਨ। ਉੱਥੇ ਵਾਪਸ ਆ ਗਿਆ ਔਰ ਤੁਰੇ ਆਉਂਦੇ ਦੇ ਬਾਬਾ ਬੁੱਲੇ ਸ਼ਾਹ ਵਾਲਾ ਖਿਆਲ ਆ ਗਿਆ। ਬਾਬਾ ਬੁੱਲੇ ਸ਼ਾਹ ਨੇ ਆਪਣੇ ਪੀਰ ਦੀ ਦਾਸ ਨੂੰ ਜਨਾਨਾ ਭੇਸ ਬਣਾ ਕੇ ਨੱਚ ਕੇ ਮਨਾਇਆ ਸੀ। ਆਪਣਾ ਭੇਸ ਬਣਾ ਕੇ ਜਨਾਨਾ ਦਰਬਾਰ ਚਲਿਆ ਗਿਆ, ਜਾ ਕੇ ਉੱਥੇ ਨੱਚਣ ਲੱਗ ਗਿਆ। ਉਹ ਲੋਕ ਵੀ ਜਿਨ੍ਹਾਂ ਨੇ ਭੇਜਿਆ ਸੀ ਵੀ ਆਇਆ ਹੀ ਨਾ ਮੁੜ ਕੇ, ਉਹ ਵੀ ਆ ਗਏ ਉੱਥੇ। ਉਹ ਆ ਕੇ ਜਦ ਦੇਖਿਆ ਵੀ ਤਾਂ ਨੱਚਣ ਲੱਗਿਆ ਹੋਇਆ, ਉਹ ਕਹਿਣ ਲੱਗੇ ਕੀ ਕਰਨ ਲੱਗਾ। ਉਹ ਕਿਉਂ ਕੀ ਜਵਾਬ ਦਿੰਦਾ, ਮੈਨੂੰ ਇਸ਼ਕ ਨਚਾਵੇ ਆਪੇ ਨੱਚ ਹੋਈ ਜਾਵੇ, ਮੈਨੂੰ ਇਸ਼ਕ ਨਚਾਵੇ ਆਪੇ ਨੱਚ ਹੋਈ ਜਾਵੇ। ਮਾਨ ਬੁੱਲੇ ਰੰਗ ਹੋ ਗਿਆ ਫਕੀਰ ਦਾ, ਬੁੱਲੇ ਰੰਗ ਹੋ ਗਿਆ ਫਕੀਰ ਦਾ, ਮੈਨੂੰ ਇਸ਼ਕ ਨਚਾਵੇ ਇਸ਼ਕ ਨਚਾਵੇ ਸੋਹਣੇ ਪੀਰ ਦਾ, ਮੈਨੂੰ ਇਸ਼ਕ ਨਚਾਵੇ ਇਸ਼ਕ ਨਚਾਵੇ ਸੋਹਣੇ ਪੀਰ ਦਾ, ਮੈਨੂੰ ਇਸ਼ਕ
ਕਿਸ਼ਕਨ ਚਾਵੇ, ਕਿਸ਼ਕਨ ਚਾਵੇ ਸੋਹਣੇ ਪੀਰ ਦਾ, ਮੈਨੂੰ ਕਿਸ਼ਕਨ ਚਾਵੇ, ਕਿਸ਼ਕਨ ਚਾਵੇ ਸੋਹਣੇ ਪੀਰ ਦਾ, ਮੈਨੂੰ ਕਿਸ਼ਕਨ ਸਾਡੇ ਗਾ।